ਸੜਕ ਤੇ ਡਿੱਗੀ ਸ਼ਰਾਬ ਦੀ ਬੋਤਲਾਂ ਦੀ ਅਜਿਹੀ ਲੁੱਟ ਤੁਸੀਂ ਵੀ ਕਦੇ ਨਹੀਂ ਦੇਖੀ ਹੋਣੀ। ਤਾਂ ਤੁਹਾਨੂੰ ਦੱਸ ਦਈਏ ਕਿ ਬੱਚੇ ਕੀ, ਔਰਤਾਂ ਕੀ, ਵਿਅਕਤੀ ਕੀ, ਸਾਰੇ ਹੀ ਇਸ ਸ਼ਰਾਬ ਦੀਆਂ ਬੋਤਲਾਂ ਨੂੰ ਲੁੱਟਣ ਦੇ ਵਿੱਚ ਵਿਅਸਤ ਨਜ਼ਰ ਆਏ ਨੇ। ਜਿਹਾ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕੁਝ ਔਰਤਾਂ ਅਤੇ ਵਿਅਕਤੀ ਨਾਲ ਹੀ ਬੱਚੇ ਸ਼ਰਾਬ ਦੀਆਂ ਬੋਤਲਾਂ ਨੂੰ ਸੜਕ ਤੋਂ ਚੁੱਕਦੇ ਨਜ਼ਰ ਆ ਰਹੇ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਖਿਰ ਇਸ ਪੂਰੀ ਵੀਡੀਓ ਦੀ ਸੱਚਾਈ ਕੀ ਹੈ, ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਅਸਲ ਇੱਕ ਗੱਡੀ ਦੇ ਵਿੱਚ ਸ਼ਰਾਬ ਲੋਡ ਹੋ ਕੇ ਇਹ ਪੇਟੀਆਂ ਜਾ ਰਹੀਆਂ ਸੀ ਅਤੇ ਅਚਾਨਕ ਹੀ ਜਦੋਂ ਸਪੀਡ ਬ੍ਰੇਕਰ ਆਉਂਦਾ ਹੈ ਤਾਂ ਜੋ ਗੱਡੀ ਹੈ ਓਵਰਲੋਡ ਹੁੰਦੀ ਹੈ, ਪੇਟੀਆਂ ਬਾਹਰ ਤੱਕ ਲੱਗੀਆਂ ਹੁੰਦੀਆਂ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ 4 to 5 ਪੇਟੀਆਂ ਸੜਕ ਦੇ ਉੱਤੇ ਹੀ ਗਿਰ ਜਾਂਦੀਆਂ ਨੇ, ਜਿਸ ਤੋਂ ਬਾਅਦ ਹਰ ਆਉਣ ਜਾਣ ਵਾਲਾ ਉੱਥੇ ਰੁਕਦਾ ਅਤੇ ਇਸ ਸ਼ਰਾਬ ਦੀ ਪੇਟੀਆਂ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਜਾਂਦੇ ਨੇ। ਜਦੋਂ ਗੱਡੀ ਦਾ ਚਾਲਕ ਕਾਫੀ ਅੱਗੇ ਤੱਕ ਨਿਕਲ ਜਾਂਦਾ ਤਾਂ ਉਸਨੂੰ ਪਿੱਛੋਂ ਦੀ ਜਾ ਕੇ ਜਦੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਉਸਦੀਆਂ ਪੇਟੀਆਂ ਜੋ ਨੇ ਉਹ ਪਿੱਛੇ ਗਿਰ ਗਈਆਂ ਨੇ, ਤਾਂ ਜਦੋਂ ਉਹ ਆਪਣੀ ਗੱਡੀ ਵਾਪਸ ਲੈ ਕੇ ਆਉਂਦਾ ਤਾਂ ਉੱਥੇ ਸਿਰਫ ਉਸਨੂੰ ਖਾਲੀ ਗੱਤੇ ਹੀ ਮਿਲਦੇ ਨੇ, ਵਿੱਚੋਂ ਦੀ ਬੋਤਲਾਂ ਜੋ ਹੁੰਦੀਆਂ ਨੇ ਉਹ ਗਾਇਬ ਹੋ ਜਾਂਦੀਆਂ ਨੇ। ਹਾਲਾਂਕਿ ਇਹ ਸਭ ਦੇਖ ਕੇ ਇੱਕ ਵਾਰ ਤਾਂ ਉਸਦੇ ਵੀ ਹੋਸ਼ ਉੱਡ ਜਾਂਦੇ ਨੇ। ਤਾਂ ਦੱਸ ਦਈਏ ਕਿ ਵਾਇਰਲ ਵੀਡੀਓ ਆਗਰਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਸ਼ਰਾਬ ਦੇ ਗੋਦਾਮ ਦੇ ਵਿੱਚੋਂ ਬੋਤਲਾਂ ਲੱਦ ਕੇ ਇੱਕ ਗੱਡੀ ਜਾ ਰਹੀ ਸੀ, ਹਾਲਾਂਕਿ ਓਵਰਲੋਡ ਕੀਤੀ ਹੋਈ ਸੀ ਅਤੇ ਪੇਟੀਆਂ ਜੋ ਸੀ ਉਹ ਬਾਹਰ ਤੱਕ ਨਿਕਲੀਆਂ ਹੋਈਆਂ ਸੀ। ਜਿਵੇਂ ਹੀ ਸਪੀਡ ਬ੍ਰੇਕਰ ਆਇਆ ਤਾਂ ਉਸਦੇ ਵਿੱਚੋਂ 4 to 5 ਪੇਟੀਆਂ ਸ਼ਰਾਬ ਦੀਆਂ ਹੇਠਾਂ ਡਿੱਗ ਜਾਂਦੀਆਂ ਨੇ, ਸੜਕ 'ਤੇ ਹੀ ਗਿਰਦੀਆਂ ਨੇ। ਹਰ ਆਉਣ ਜਾਣ ਵਾਲਾ ਇਹ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੇ ਨਾਲ ਨਾਲ ਔਰਤਾਂ ਵੀ ਸ਼ਰਾਬ ਦੀਆਂ ਬੋਤਲਾਂ ਚੁੱਕਦੀਆਂ ਨਜ਼ਰ ਆਈਆਂ ਨੇ। ਸੜਕ ਤੇ ਡਿੱਗੀ ਸ਼ਰਾਬ ਦੀ ਬੋਤਲਾਂ ਦੀ ਅਜਿਹੀ ਲੁੱਟ ਤੁਸੀਂ ਵੀ ਕਦੇ ਨਹੀਂ ਦੇਖੀ ਹੋਣੀ। ਤਾਂ ਤੁਹਾਨੂੰ ਦੱਸ ਦਈਏ ਕਿ ਬੱਚੇ ਕੀ, ਔਰਤਾਂ ਕੀ, ਵਿਅਕਤੀ ਕੀ, ਸਾਰੇ ਹੀ ਇਸ ਸ਼ਰਾਬ ਦੀਆਂ ਬੋਤਲਾਂ ਨੂੰ ਲੁੱਟਣ ਦੇ ਵਿੱਚ ਵਿਅਸਤ ਨਜ਼ਰ ਆਏ ਨੇ। ਜਿਹਾ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕੁਝ ਔਰਤਾਂ ਅਤੇ ਵਿਅਕਤੀ ਨਾਲ ਹੀ ਬੱਚੇ ਸ਼ਰਾਬ ਦੀਆਂ ਬੋਤਲਾਂ ਨੂੰ ਸੜਕ ਤੋਂ ਚੁੱਕਦੇ ਨਜ਼ਰ ਆ ਰਹੇ ਨੇ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਆਖਿਰ ਇਸ ਪੂਰੀ ਵੀਡੀਓ ਦੀ ਸੱਚਾਈ ਕੀ ਹੈ, ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਰਅਸਲ ਇੱਕ ਗੱਡੀ ਦੇ ਵਿੱਚ ਸ਼ਰਾਬ ਲੋਡ ਹੋ ਕੇ ਇਹ ਪੇਟੀਆਂ ਜਾ ਰਹੀਆਂ ਸੀ ਅਤੇ ਅਚਾਨਕ ਹੀ ਜਦੋਂ ਸਪੀਡ ਬ੍ਰੇਕਰ ਆਉਂਦਾ ਤਾਂ ਜੋ ਗੱਡੀ ਹੈ ਓਵਰਲੋਡ ਹੁੰਦੀ ਹੈ, ਪੇਟੀਆਂ ਬਾਹਰ ਤੱਕ ਲੱਗੀਆਂ ਹੁੰਦੀਆਂ ਨੇ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ 4 to 5 ਪੇਟੀਆਂ ਸੜਕ ਦੇ ਉੱਤੇ ਹੀ ਗਿਰ ਜਾਂਦੀਆਂ ਨੇ, ਜਿਸ ਤੋਂ ਬਾਅਦ ਹਰ ਆਉਣ ਜਾਣ ਵਾਲਾ ਉੱਥੇ ਰੁਕਦਾ ਅਤੇ ਇਸ ਸ਼ਰਾਬ ਦੀ ਪੇਟੀਆਂ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋ ਜਾਂਦੇ ਨੇ। ਜਦੋਂ ਗੱਡੀ ਦਾ ਚਾਲਕ ਕਾਫੀ ਅੱਗੇ ਤੱਕ ਨਿਕਲ ਜਾਂਦਾ ਤਾਂ ਉਸਨੂੰ ਪਿੱਛੋਂ ਦੀ ਜਾ ਕੇ ਜਦੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਉਸਦੀਆਂ ਪੇਟੀਆਂ ਜੋ ਨੇ ਉਹ ਪਿੱਛੇ ਗਿਰ ਗਈਆਂ ਨੇ, ਤਾਂ ਜਦੋਂ ਉਹ ਆਪਣੀ ਗੱਡੀ ਵਾਪਸ ਲੈ ਕੇ ਆਉਂਦਾ ਤਾਂ ਉੱਥੇ ਸਿਰਫ ਉਸਨੂੰ ਖਾਲੀ ਗੱਤੇ ਹੀ ਮਿਲਦੇ ਨੇ, ਵਿੱਚੋਂ ਦੀ ਬੋਤਲਾਂ ਜੋ ਹੁੰਦੀਆਂ ਨੇ ਉਹ ਗਾਇਬ ਹੋ ਜਾਂਦੀਆਂ ਨੇ। ਹਾਲਾਂਕਿ ਇਹ ਸਭ ਦੇਖ ਕੇ ਇੱਕ ਵਾਰ ਤਾਂ ਉਸਦੇ ਵੀ ਹੋਸ਼ ਉੱਡ ਜਾਂਦੇ ਨੇ। ਤਾਂ ਦੱਸ ਦਈਏ ਕਿ ਵਾਇਰਲ ਵੀਡੀਓ ਆਗਰਾ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਇੱਕ ਸ਼ਰਾਬ ਦੇ ਗੋਦਾਮ ਦੇ ਵਿੱਚੋਂ ਬੋਤਲਾਂ ਲੱਦ ਕੇ ਇੱਕ ਗੱਡੀ ਜਾ ਰਹੀ ਸੀ, ਹਾਲਾਂਕਿ ਓਵਰਲੋਡ ਕੀਤੀ ਹੋਈ ਸੀ ਅਤੇ ਪੇਟੀਆਂ ਜੋ ਸੀ ਉਹ ਬਾਹਰ ਤੱਕ ਨਿਕਲੀਆਂ ਹੋਈਆਂ ਸੀ। ਜਿਵੇਂ ਹੀ ਸਪੀਡ ਬ੍ਰੇਕਰ ਆਇਆ ਤਾਂ ਉਸਦੇ ਵਿੱਚੋਂ 4 to 5 ਪੇਟੀਆਂ ਸ਼ਰਾਬ ਦੀਆਂ ਹੇਠਾਂ ਡਿੱਗ ਜਾਂਦੀਆਂ ਨੇ, ਸੜਕ 'ਤੇ ਹੀ ਗਿਰਦੀਆਂ ਨੇ। ਹਰ ਆਉਣ ਜਾਣ ਵਾਲਾ ਇਹ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ। ਹਾਲਾਂਕਿ ਬੱਚਿਆਂ ਦੇ ਨਾਲ ਨਾਲ ਔਰਤਾਂ ਵੀ ਸ਼ਰਾਬ ਦੀਆਂ ਬੋਤਲਾਂ ਚੁੱਕਦੀਆਂ ਨਜ਼ਰ ਆਈਆਂ ਨੇ।